ਹਰੀਆਂ ਮਿਰਚਾਂ ਦਾ achar ਤਾਂ ਆਪ ਅਕਸਰ ਬਣਾ ਕੇ ਖਾਂਦੇ ਹੀ ਹਾਂ ਤੇ ਦਾਲ ਸਬਜ਼ੀ ਵਿੱਚ ਵੀ ਹਰੀ ਮਿਰਚੀ ਦਾ ਇਸਤੇਮਾਲ ਕਰਦੇ ਹਾਂ ਕੀ ਤੁਸੀਂ ਹਰੀ ਮਿਰਚ ਦੀ ਸਬਜ਼ੀ ਬਣਾ ਕੇ ਖਾਧੀ ਹੈ ਜੇਕਰ ਨਹੀਂ ਤਾਂ ਆਓ ਮੇਰੇ ਨਾਲ ਬਹੁਤ ਹੀ ਥੋੜੇ ਜਿਹੇ ਸਮੇਂ ਵਿੱਚ ਛੇਤੀ ਨਾਲ ਬਣਨ ਵਾਲੀ ਹਰੀਆ ਮਿਰਚਾ ਦੀ ਸਬਜ਼ੀ ਬਣਾਉਂਦੇ ਆ ਮੈਂ ਇੰਦਰਜੀਤ कौर ਸਵਾਗਤ ਹੈ ਤੁਹਾਡਾ ਪੰਜਾਬੀ ਵਿੱਚ ਮਸਾਲਾ ਵਿੱਚ ਹਰੀਆ ਮਿਰਚਾ ਦੀ ਵਧੀਆ ਜੀ ਸਬਜ਼ੀ ਬਣਾਉਣ ਵਾਸਤੇ ਮੈਂ ਇੱਥੇ ਲੈ ਰਹੀ ਹਾਂ ਇਹ 200 ਗ੍ਰਾਮ ਵੱਡੀਆਂ ਵੱਡੀਆਂ ਵਾਲੀਆਂ ਲੰਬੀਆਂ ਹਰੀਆਂ ਮਿਰਚਾਂ ਇਹ ਮਿਰਚਾਂ ਨਾ ਬਿਲਕੁਲ ਵੀ ਕੋੜੀਆਂ ਨਹੀਂ ਹੁੰਦੀਆਂ ਯਾਨੀ ਕਿ ਬਿਲਕੁਲ ਵੀ ਤਿੱਖੀਆਂ ਨਹੀਂ ਹੁੰਦੀਆਂ ਤਾਂ ਮੈਂ ਸੋਚਿਆ ਕਿ ਅੱਜ ਇਹਨਾਂ ਦੀ ਵਧੀਆ ਜੀ ਸਬਜ਼ੀ ਬਣਾਈ ਜਾਵੇ। ਵੈਸੇ ਤਾਂ ਆਪਾਂ ਮਿਰਚਾਂ ਦੀ ਸਬਜ਼ੀ ਹੈ ਨਾ ਜਿਹੜੀ ਕਿਸੇ ਵੀ ਮਿਰਚਾਂ ਨਾਲ ਬਣਾ ਸਕਦੇ ਆ ਪਰ ਜੇਕਰ ਇਹਨਾਂ ਨੂੰ ਘੱਟ ਤਿੱਖੀਆਂ ਮਿਰਚਾਂ ਨਾਲ ਬਣਾਈਏ ਨਾ ਤਾਂ ਇਹ ਸਬਜ਼ੀ ਬਹੁਤ ਹੀ ਸਵਾਦੀ ਬਣਦੀ ਹੈ। ਇੱਥੇ ਮੈਂ ਸਾਰੀਆਂ ਹਰੀਆਂ ਮਿਰਚਾਂ ਨੂੰ ਧੋ ਲਿਆ ਹੈ ਤੇ ਧੋਣ ਤੋਂ ਬਾਅਦ ਹੁਣ ਇਹਨਾਂ ਦੇ ਸਾਰੇ ਟੰਡਲ ਨੇ ਨਾ ਜਿਹੜੇ ਉਹ ਆਪਾਂ ਰਿਮੂਵ ਕਰ ਦੇਾਂਗੇ ਇਸ ਤਰ੍ਹਾਂ ਇੱਕ-ਇੱਕ ਕਰਕੇ ਸਾਰੇ ਡੰਠਾ ਲਲਾ ਕਰਨ ਤੋਂ ਬਾਅਦ ਹੁਣ ਆਪਾਂ ਮਿਰਚਾਂ ਨੂੰ ਆਪਣੀ ਮਨਪਸੰਦ ਸ਼ੇਪ ਵਿੱਚ ਕੱਟ ਕਰ ਲੈਣਾ ਹੈ ਤੁਸੀਂ ਚਾਹੋ ਤਾਂ ਮਿਰਚਾਂ ਦੇ 1-1 ਇੰਚ ਦੇ ਪੀਸੇਸ ਕਰ ਲਵੋ ਜਾਂ ਫਿਰ ਇਹਨਾਂ ਨੂੰ ਵਿੱਚੋਂ ਦੀ ਇੱਕ ਕੱਟ ਲਗਾ ਲਵੋ ਜਿੱਦਾਂ ਤੁਹਾਨੂੰ ਕਟਿੰਗ ਪਸੰਦ ਹੈ ਉਵੇਂ ਦੀ ਕਰ ਲਵੋ ਪਰ ਮੈਂ ਅੱਜ ਇਹਨਾਂ ਨੂੰ ਵਿੱਚੋਂ ਦੀ ਤਿਰਛਾ ਕੱਟ ਲਗਾ ਕੇ ਦੋ ਪੋਰਸ਼ਨਸ ਡਿਵਾਈਡ ਕਰਕੇ ਇਹਨਾਂ ਦੀ ਸਬਜ਼ੀ ਬਣਾਉਣ ਵਾਲੀ ਹਾਂ ਦੇਖੋ ਜੀ ਇਸ ਤਰ੍ਹਾਂ ਨਾਲ ਤਿਰਛੇ ਕੱਟ ਲਗਾ ਕੇ ਮੈਂ ਸਬਜ਼ੀ ਬਣਾਉਣ ਵਾਸਤੇ ਸਾਰੀਆਂ ਮਿਰਚਾਂ ਤਿਆਰ ਕਰ ਲਈਆਂ ਨੇ ਸਬਜੀ ਬਣਾਉਣ ਵਾਸਤੇ ਇੱਕ ਕੜਾਈ ਦੇ ਵਿੱਚ 2 ਤੋਂ 3 ਵੱਡੇ ਚਮਚ ਸਰ੍ਹੋਂ ਦਾ ਤੇਲ ਪਾ ਕੇ ਇਹਨੂੰ ਗਰਮ ਕਰ ਲੈਣਾ ਹੈ ਸਰ੍ਹੋਂ ਦੇ ਤੇਲ ਦੀ ਜਗ੍ਹਾ ਆਪਾਂ ਇੱਥੇ ਕੋਈ ਵੀ ਕੁਕਿੰਗ ਆਇਲ ਲੈ ਸਕਦੇ ਹਾਂ ਜੋ ਤੁਹਾਨੂੰ ਪਸੰਦ ਹੋਵੇ ਤੇ ਜਦੋਂ ਆਇਲ ਚੰਗੀ ਤਰ੍ਹਾਂ ਗਰਮ ਹੋ ਜਾਏਗਾ ਨਾ ਤਾਂ ਆਪਾਂ ਇਹਦੇ ਵਿੱਚ ਪਾਵਾਂਗੇ ਅੱਧਾ ਛੋਟਾ ਚਮਚ ਬਰੀਕ ਵਾਲੀ ਰਾਈ ਤੇ ਨਾਲ ਹੀ ਅੱਧਾ ਛੋਟਾ ਚਮਚ ਜੀਰਾ ਥੋੜੀ ਜਿਹੀ ਹਿੰਗ ਔਰ ਵਧੀਆ ਜੇ ਫਲੇਵਰ ਵਾਸਤੇ ਥੋੜਾ ਜਿਹਾ ਮੇਥੀ ਦਾਣਾ ਯਾਨੀ ਕਿ ਮੇਥਰੇ ਕਰੀਬ ਚੌਥਾ ਕੁ ਚਮਚ ਔਰ ਜਦੋਂ ਇਹ ਸਾਰੇ ਮਸਾਲੇ ਤੜਕ ਜਾਣਗੇ ਨਾ ਤੇ ਉਦੋਂ ਆਪਾਂ ਇਹਦੇ ਵਿੱਚ ਪਾਵਾਂਗੇ ਐ ਬਰੀਕ ਬਰੀਕ ਚੋਪ ਕੀਤਾ ਹੋਇਆ ਇੱਕ ਪਿਆਜ਼ ਮੈਂ ਪਿਆਜ਼ ਨੂੰ ਚੋਪਰ 'ਚ ਚੋਪ ਕੀਤਾ ਹੈ ਤੁਸੀਂ ਚਾਹੋ ਤਾਂ ਇਹਨੂੰ ਬਰੀਕ ਬਰੀਕ ਕੱਟ ਕੇ ਵੀ ਯੂਜ਼ ਕਰ ਸਕਦੇ ਹੋ ਔਰ ਨਾਲ ਹੀ ਆਪਾਂ ਇਹਦੇ ਵਿੱਚ ਪਾਵਾਂਗੇ ਅੱਧਾ ਛੋਟਾ ਚਮਚ ਲਸਣ ਤੇ ਅਦਰਕ ਦਾ ਪੇਸਟ ਲਸਣ ਹੋਰ ਅਦਰਕ ਨੂੰ ਅਸੀਂ ਇੱਥੇ ਬਰੀਕ ਕੱਟ ਕੇ ਜਾਂ ਕद्दूकस ਕਰਕੇ ਵੀ ਯੂਜ਼ ਕਰ ਸਕਦੇ ਹਾਂ ਤੇ ਹੁਣ ਪਿਆਜ਼ ਅਦਰਕ ਔਰ ਲਸਣ ਨੂੰ ਮਿਕਸ ਕਰਕੇ ਆਪਾਂ ਇਹਨਾਂ ਨੂੰ ਹਲਕੇ ਜਿਹੇ ਬ੍ਰਾਊਨ ਹੋਣ ਤੱਕ ਪਕਾਣਾ ਹੈ ਤੇ ਥੋੜੀ देर ਭੁੰਨਣ ਤੋਂ ਬਾਅਦ ਹੁਣ ਦੇਖੋ ਜੀ ਇਹ ਪਿਆਜ਼ ਲਸਣ ਅਦਰਕ ਨੇ ਨਾ ਜਿਹੜੇ ਪੁੱਜ ਕੇ ਹਲਕੇ ਜਿਹੇ ਬ੍ਰਾਊਨ ਕਲਰ 'ਚ ਆ ਗਏ ਨੇ ਤਾਂ ਹੁਣ ਬਹੁਤ ਹੀ ਸਿੰਪਲ ਤੇ ਬਹੁਤ ਹੀ ਈਜ਼ੀ ਪਰ ਬਹੁਤ ਹੀ ਟੇਸਟੀ ਰੈਸিপি ਹੈ ਤੇ ਮੇਰੇ ਕਹਿਣ ਨਾਲ ਇੱਕ ਵਾਰੀ ਤੁਸੀਂ ਇਹਨੂੰ ਜ਼ਰੂਰ ਬਣਾਓ ਔਰ ਬਣਾਉਣ ਤੋਂ ਬਾਅਦ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਜੀ ਕਿ ਤੁਹਾਨੂੰ ਇਹ ਮਿਰਚਾਂ ਦੀ ਸਬਜ਼ੀ ਕਿਵੇਂ ਦੀ ਲੱਗੀ ਤੇ ਹੁਣ ਸਾਰੀਆਂ ਹਰੀਆਂ ਮਿਰਚਾਂ ਨੂੰ ਤੜਕੇ ਦੇ ਨਾਲ ਮਿਕਸ ਕਰਕੇ ਇੱਕ ਅੱਧਾ ਮਿੰਟ ਤੱਕ ਇਹਨਾਂ ਨੂੰ ਆਪਾਂ ਖੁੱਲਾ ਹੀ ਪੁੰਨ ਲੈਣਾ ਹੈ ਤੇ ਥੋੜਾ ਜਿਹਾ ਪੁੰਨਣ ਤੋਂ ਬਾਅਦ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਅੱਧਾ ਛੋਟਾ ਚਮਚ ਦੇ ਕਰੀਬ ਹਲਦੀ ਤੇ ਆਪਣੇ ਟੇਸ ਦੇ ਅਕੋਰਡਿੰਗ ਇਹਦੇ ਵਿੱਚ ਨਮਕ ਵੀ ਪਾ ਲਵੋ ਮੈਂ ਇਹਦੇ ਵਿੱਚ ਪਾਉਣਾ ਕੁਛੋਟਾ ਚਮਚ ਨਮਕ ਪਾਇਆ ਹੈ ਕਿਉਂਕਿ ਮੇਰੇ ਘਰ ਵਿੱਚ ਨਮਕ ਥੋੜਾ ਜਿਆ ਕੱਟ ਹੀ ਖਾਦਾ ਜਾਂਦਾ ਹੈ ਵੈਸੇ ਇਹਦੇ ਵਿੱਚ ਇੱਕ ਚਮਚ ਦੇ ਕਰੀਬ ਵੀ ਨਮਕ ਪੈ ਸਕਦਾ ਹੈ ਤੇ ਅੱਧਾ ਛੋਟਾ ਚਮਚ ਤਨੀਆ ਪਾਊਡਰ ਚੌਥਾ ਕੁ ਚਮਚ ਗਰਮ ਮਸਾਲਾ ਚੌਥਾ ਕੁ ਚਮਚ ਕਾਲਾ ਨਮਕ ਔਰ ਅੱਧਾ ਛੋਟਾ ਚਮਚ ਆਮਚਰ ਪਾਊਡਰ ਅੱਜ ਆਪਾਂ ਹਰੀਆਂ ਮਿਰਚਾਂ ਦੀ ਸਬਜ਼ੀ ਬਣਾ ਰਹੇ ਹਾਂ ਤਾਂ ਸਬਜ਼ੀਆਂ ਦੇ ਸਾਰੇ ਹੀ ਮਸਾਲੇ ਦੇ ਵਿੱਚ ਪੈਣਗੇ ਤੇ ਹੁਣ ਮੈਂ ਇਹਦੇ ਵਿੱਚ ਪਾਣ ਜਾ ਰਹੀ ਹਾਂ ਚੌਥਾ ਛੋਟਾ ਚਮਚ ਤਿੱਖੀਆਂ ਵਾਲੀਆਂ ਪਸੀਆਂੀਆਂ ਲਾਲ ਮਿਰਚਾਂ ਜਿੱਦਾਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਮਿਰਚਾਂ ਜਿਹੜਾ ਵੀ ਤਿੱਖੀਆਂ ਨਹੀਂ ਐ ਇਸ ਕਰਕੇ ਮੈਂ ਇਹਦੇ ਵਿੱਚ ਥੋੜਾ ਜਿਹਾ ਲਾਲ ਮਿਰਚੀ ਪਾਊਡਰ ਪਾਇਆ ਹੈ ਤੇ ਤੁਸੀਂ ਜਿਹੜੀਆਂ ਹਰੀਆਂ ਮਿਰਚਾਂ ਯੂਜ਼ ਕਰੋਗੇ ਨਾ ਉਹ ਕਿੰਨੀਆਂ ਕੁ ਤਿੱਖੀਆਂ ਨੇ ਉਸ ਹਿਸਾਬ ਨਾਲ ਇਹਦੇ ਵਿੱਚ ਲਾਲ ਮਿਰਚੀ ਪਾਊਡਰ ਯੂਜ਼ ਕਰਿਓ ਜੇਕਰ ਤੇ ਹਰੀਆਂ ਮਿਰਚਾਂ ਸਪਾਈਸੀ ਨੇ ਤਾਂ ਲਾਲ ਮਿਰਚਾਂ ਬਿਲਕੁਲ ਵੀ ਨਾ ਪਾਓ ਤੇ ਜੇਕਰ ਥੋੜੀਆਂ ਜਿਹੀਆਂ ਘੱਟ ਤਿੱਖੀਆਂ ਨੇ ਨਾ ਤਾਂ ਥੋੜੀਆਂ ਜਿਹੀਆਂ ਲਾਲ ਮਿਰਚਾਂ ਪਾ ਲਵੋ ਸਾਰੇ ਮਸਾਲੇ ਜਦੋਂ ਮਿਰਚਾਂ ਦੇ ਵਿੱਚ ਮਿਕਸ ਹੋ ਜਾਣਗੇ ਨਾ ਤੇ ਉਦੋਂ ਆਪਾਂ ਇਹਦੇ ਵਿੱਚ ਪਾਵਾਂਗੇ ਅੱਧਾ ਕੱਪ ਪਾਣੀ ਤੇ ਪਾਣੀ ਮਿਕਸ ਕਰਕੇ ਮਿਰਚਾਂ ਨੂੰ ਆਪਾਂ ਫਿਰ ਤੋਂ ਟਾਕੇ ਪਕਾਵਾਂਗੇ ਗੈਸ ਦੇ ਮੀਡੀਅਮ ਫਲੇਮ ਤੇ ਬਸ 1 ਤੋਂ 1.5 ਮਿੰਟ ਵਾਸਤੇ ਤੇ ਹੁਣ 1 ਤੋਂ 1.5 ਮਿੰਟ ਤੱਕ ਪਕਾਣ ਤੋਂ ਬਾਅਦ ਹੁਣ ਤੁਸੀਂ ਵੇਖ ਸਕਦੇ ਹੋ ਕਿ ਮਿਰਚਾਂ ਪਾਣੀ ਦੇ ਨਾਲ ਪੱਕ ਕੇ ਵਧੀਆ ਜਿਹਾ ਸੌਫਟ ਹੋ ਗਈਆਂ ਨੇ ਔਰ ਇਹਨਾਂ ਦਾ ਕਲਰ ਵੀ ਹਲਕਾ ਜਿਹਾ ਚੇਂਜ ਹੋ ਗਿਆ ਹੈ ਦੇਖਣ ਤੋਂ ਹੀ ਲੱਗ ਰਹੀ ਹੈ ਨਾ ਇੱਕਦਮ ਸੌਫਟ ਬਹੁਤ ਹੀ ਵਧੀਆ ਤੇ ਹੁਣ ਐਸੇ ਸਟੇਜ ਤੇ ਆਪਾਂ ਇਹਦੇ ਵਿੱਚ ਪਾਵਾਂਗੇ ਦੋ ਕੜਛੀਆਂ ਗਾੜਾ ਦਹੀਂ ਦੋ ਮੀਡੀਅਮ ਵਾਲੀਆਂ ਕੜਛੀਆਂ ਨੇ ਇਹ ਯਾਨੀ ਕਿ 4 ਟੇਬਲस्पून ਨੇ ਤੇ ਦਹੀਂ ਅਗਰ ਥੋੜਾ ਜਿਆ ਖੱਟਾ ਹੋਏਗਾ ਨਾ ਤਾਂ ਮਿਰਚਾਂ ਦਾ ਟੇਸਟ ਯਾਨੀ ਕਿ ਮਿਰਚਾਂ ਦੀ ਸਬਜ਼ੀ ਦਾ ਟੇਸਟ ਜਿਹੜਾ ਨਾ ਬਹੁਤ ਹੀ ਵਧੀਆ ਆਏਗਾ ਚੰਗੀ ਤਰ੍ਹਾਂ ਨਾਲ ਮਿਕਸ ਹੋ ਜਾਏਗਾ ਨਾ ਤਾਂ ਆਪਾਂ ਇਹਦੇ ਵਿੱਚ ਪਾਵਾਂਗੇ ਅੱਧਾ ਛੋਟਾ ਚਮਚ ਸੌਂਫ ਪਾਊਡਰ ਔਰ ਵਧੀਆ ਜਿਹਾ ਕਲਰ ਦੇਣ ਵਾਸਤੇ ਅੱਧਾ ਛੋਟਾ ਚਮਚ ਕਸ਼ਮੀਰੀ ਲਾਲ ਮਿਰਚੀ ਪਾਊਡਰ ਵੀ ਆਪਾਂ ਇਹਦੇ ਵਿੱਚ ਪਾਵਾਂਗੇ ਜਿਹਨੂੰ ਆਪਾਂ ਦੇਗੀ ਮਿਰਚ ਕਹਿੰਦੇ ਆ ਤੇ ਸੌਂਫ ਪਾਊਡਰ ਦੀ ਜਗ੍ਹਾ ਸਾਬਤ ਸੌਂਫ ਵੀ ਯੂਜ਼ ਕਰ ਸਕਦੇ ਹਾਂ ਸਟਾਰਟਿੰਗ 'ਚ ਜਦੋਂ ਆਪਾਂ ਜੀਰਾ ਰਾਈ ਵਗੈਰਾ ਤੜਕਾਇਆ ਹੈ ਨਾ ਉਦੋਂ ਸੌਂਫ ਵੀ ਕਲਰ ਦੇਖੋ ਬਹੁਤ ਹੀ ਵਧੀਆ ਲੱਗ ਰਿਹਾ ਹੈ ਨਾ ਇਹਨਾਂ ਦਾ ਤੇ ਬਸ ਲਾਸਟ ਵਿੱਚ ਆਪਾਂ ਇਹਨੂੰ ਫੇਰ ਤੋਂ ਇੱਕ ਵਾਰ ਢੱਕ ਕੇ ਪਕਾਵਾਂਗੇ ਬਸ ਇੱਕ ਦਮ ਮਿੰਟ ਵਾਸਤੇ ਤਾਂ ਕਿ ਸਾਰੇ ਮਸਾਲੇ ਦਹੀਂ ਮਿਰਚਾਂ ਸਭ ਆਪਸ ਵਿੱਚ ਚੰਗੀ ਤਰ੍ਹਾਂ ਨਾਲ ਮਿਕਸ ਹੋ ਜਾਣ ਔਰ ਹੁਣ ਇੱਕ ਮਿੰਟ ਢੱਕ ਕੇ ਪਕਾਉਣ ਤੋਂ ਬਾਅਦ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਚਮਚ ਨਿੰਬੂ ਦਾ ਰਸ ਵੈਸੇ ਤਾਂ ਆਪਾਂ ਇਹਦੇ ਵਿੱਚ ਅਮਚਰ ਔਰ ਦਹੀਂ ਵੀ ਪਾਇਆ ਹੈ ਪਰ ਜਿਹੜਾ ਨਿੰਬੂ ਦਾ ਰਸ ਹੁੰਦਾ ਹੈ ਨਾ ਇਹਦਾ ਅਲੱਗ ਹੀ ਫਲੇਵਰ ਹੁੰਦਾ ਹੈ ਨਾਲ ਚਟਪਟੀ ਬਣਦੀ ਹੈ ਸਬਜੀ ਤੇ ਹੁਣ ਨਿੰਬੂ ਦੇ ਰਸ ਨੂੰ ਵੀ ਇਹਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਿੱਤਾ ਹੈ ਮੈਂ ਸਭ ਕੁਝ ਮਿਕਸ ਕਰਨ ਤੋਂ ਬਾਅ ਹੁਣੇ ਮਿਰਚਾਂ ਦੀ ਵਧੀਆ ਜੀ ਦਹੀਂ ਵਾਲੀ ਮਸਾਲੇਦਾਰ ਸਬਜੀ ਬਣ ਕੇ ਤਿਆਰ ਹੈ ਸਬਜੀ ਦੀ ਰੰਗਤ ਵੇਖੋ ਜੀ ਤੁਸੀਂ ਬਹੁਤ ਹੀ ਵਧੀਆ ਆਈ ਹੈ ਤੇ ਇਹਨੂੰ ਤੁਸੀਂ ਬਣਾ ਕੇ ਫ੍ਰਿਜ ਵਿੱਚ ਇੱਕ ਹਫਤੇ ਵਾਸਤੇ ਸਟੋਰ ਕਰਕੇ ਰੱਖ ਸਕਦੇ ਹੋ ਜਦੋਂ ਮਨ ਕਰੇ ਫ੍ਰਿਜੋਂ ਕੱਢੋ ਹੋਰ ਗਰਮ-ਗਰਮ ਪਰਾਂਠਿਆਂ ਦੇ ਨਾਲ ਖਾਓ ਜਾਂ ਫਿਰ ਦਾਲ ਸਬਜੀ ਦੇ ਨਾਲ ਇਹਨੂੰ ਸਾਈਡ ਡਿਸ਼ ਦੀ ਤਰ੍ਹਾਂ ਬਣਾ ਕੇ ਵੀ ਖਾ ਸਕਦੇ ਹੋ ਬਹੁਤ ਹੀ ਟੇਸਟੀ ਲੱਗਦੀ ਹੈ ਇਹ ਸਬਜੀ